السلام عليكم. فايف ستار ڈی وی ڈی کولیاں روڈنگا السلام علیکم فائیو سٹار ڈی وی ڈی کولیاں روڈنگا اسی تواڈے واسطے لے کے آئے ہیں بالی جٹی دی آواز وچ بڑا سونا جا پروگرام پنجاب دی لوک سنگر بڑی سونی تے پیاری جی آواز فائیو سٹار ڈی وی ڈی شکر گزار ہے تواڈے کامنٹس دا تواڈی رائے دا جڑے ساڈے واسطے دیندے ہو تہانوں گان دا شوق ہے پھر ساڈے نال رابطہ قائم کرو فائیو اسٹار فون پلیٹفارم مہیا کرے گا ساری کوشش کہ اسی اپنے فوک سنگنگ اتنے لے کے آئیے سارے لوکل گلوکار جنہوں صرف اسی پنڈا ہی سن سکتے ہیں انہوں نے اسی اس لوگوں کے سامنے لے کے آئیے فائیو اسٹار ڈی وی ڈی کولیاں روڈنگا اسی تہاڈے بے حد شکر گزار ہاں کہ تسی سانے اتنا تعاون کرتے ہو شکریہ ਕੋਲੀਆਂ ਰੋਟਿੰਗਾ ਖਾਲੀ ਲੱਗਦਾ।
بسم اللہ کرا صفتوں سے دی جڑا مالک کول
संसार पत्थर रोजी देता पिया सब दे कम सवार सिफत करन लग्या आउंदी शर्म मैनू सिफत करन लग्या आउंदी शर्म मैनू जो हाल साडे करदार दाए कसम रब दी कर तबाह देंदा ओ पर मूह यार दा यार नो मारदा लिखिया वगे जिस मुसन्नफ दा नीर नहीं ओनू कलम चलान दा की आके ओ गल सुन के जिन्ने ने अमल करना ओनू गल सुनान दा की आके जेड़ा आए मेहमान नू जानदा नहीं जेड़ा आए मेहमान नू जानदा नहीं ओनू किसे वल जानदा की आके ओ जिदी आवाज बलाल दे वांग नहीं ओनू सुना लगान दा की आके अद्धी रात नहीं सफर जो तय करदा अद्धी रात नहीं सफर जो तय करदा ओनू सफरी सदान दा की आके सफरी जो नहीं यार मना सकदा कुली राह विच पान दा किया ते शेर लिखिया सुबह उठ के ना मां दा जेड़ा मुंह वेखे सुबह उठ के ना मां दा जेड़ा मुंह वेखे ओनू काबे वल जानदा की आके ओ जेड़ा सईद फकीर नू नहीं मलदा ओनू कोल बठाणदा की आके जेड़ा कदमां दे विच आन डिगे मगर लग नसाण दा की आके ओ जेड़ा पीर उस्ताद दा होवे रतिया ओनू यार बनाण दा की आके जिदी पाक ते साफ ना सोच होवे जिदी पाक ते साफ ना सोच होवे ओनू अकल दड़ाण दा की आके अद्धी रात नू जे नहीं मेल होना फिर नींदरा गवाण दा की आके जेड़ा पंजा ते बारां दा होवे मुनकर ओनू छड़ाण दा की आके जिदे दिल दा गलत ना बोल खड़के ओनू खड़कान दा ਸੁਣਿਆ ਮਨ ਤੇ ਸੁਣਿਆ ਸਭ ਸਬਸਕ੍ਰਾਈਬ ਕਰੋ ਨਬੀ ਪਾਕ ਮਜੋਰ ਜਿਹੜਾ ਨਹੀਂ ਚੁੰਮਦਾ ਜੀ ਕੋਈ ਰੋਟੀ ਦਾ ਖਾਲੀ ਆਕੇ ਜਿਹਦਾ ਨਾਲ ਦਰੂਦ ਨਾ ਦਿਲ ਚੁੰਮਦੇ ਉਹਨੂੰ ਮੂੰਹ ਚੁੰਮਕਾਣ ਦਾ ਕੀ ਆਕੇ ਜਿਹਦਾ ਨਾਲ ਦਰੂਦ ਨਾ ਦਿਲ ਚੁੰਮਦੇ ਉਹਨੂੰ ਮੂੰਹ ਚੁੰਮਕਾਣ ਦਾ ਕੀ ਆਕੇ ਜ਼ਾਹਦ ਸ਼ਾਹ ਦੇ ਵਾਂਗ ਜੋ ਨਹੀਂ ਲਾਣੀ ਫਿਰ ਪ੍ਰੀਤ ਲਗਾਣ ਦਾ ਕੀ ਆਕੇ ਸ਼ਹਿਰ ਨੇ ਲਿਖਿਆ ਕੌਣ ਕਿਸੇ ਕੋਲ ਆਉਂਦਾ ਉਹ ਕਿਸਮਤ ਲਿਆਵੇ ਕੋਰ ਦਾਣਾ ਪਾਣੀ ਆਪਣਾ ਹੱਥ ਕਾਦਰ ਦੇ ਡੋਰ ਗੱਲਾਂ ਕਰਨੀਆਂ ਸੌਖੀਆਂ ਮਰਦਾ ਔਖੇ ਪਾਲਣੇ ਦੇ ਸਰਕਾਰ ਨੀਆਂ ਮਹਾਨ ਬਖਸ਼ ਆਰਫ ਕੜੀ ਲਿਖਦੇ ਨੇ ਜਿਹੜੀ ਮਹਿੰਦੀ ਰੰਗ ਨਾ ਦੇਵੇ ਉਸ ਮਹਿੰਦੀ ਦਾ ਕੀ ਲਾਣਾ ਉਹ ਜਿੱਥੇ ਜਾਇਆ ਦੀ ਕਦਰ ਨਾ ਹੋਵੇ ਲੈਣ ਉੱਥੇ ਕੀ ਲਾਣਾ ਸਰਕਾਰ ਤਾਜਦਾਰੇ ਮਦੀਨਾ ਮੁਹੰਮਦ ਮੁਸਤਫਾ ਫਖਰੇ ਅੰਬੀਆ ਵਾਲੀ ਦੋ ਜਹਾਨ ਦਾ ਸਰਕਾਰੇ ਦੋ ਆਲਮ ਤਾਜਦਾਰੇ ਮਦੀਨਾ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਉਸ ਵੇਲੇ ਦੀ ਕਿ ਜਦੋਂ ਆਸਕਾਰ ਸਾਦੀਆ ਹਲੀਮਾ ਦੇ ਘਰ ਤਸ਼ਰੀਫ ਲੈ ਕੇ ਆਏ ਤੇ ਕੁਝ ਦਿਨ ਗੁਜ਼ਰੇ ਤਾਈਆਂ ਇਸੇ ਤਰ੍ਹਾਂ ਆ ਕੇ ਹਲੀਮਾ ਦੇ ਦਰਵਾਜ਼ੇ ਤੇ ਜਮਾ ਹੋਈਆਂ ਆਖਿਆ ਨੀ ਹਲੀਮਾ ਜਦੋਂ ਅੱਧੀ ਰਾਤ ਹੁੰਦੀ ਹੈ ਤੇਰੀ ਕੱਖਾਂ ਦੀ ਕੁੱਲੀ ਵਿੱਚੋਂ ਨੂਰ ਦੀਆਂ ਛਵਾਵਾਂ ਉੱਠਦੀਆਂ ਨੇ ਸੁਭਾਨ ਅੱਲਾਹ ਸਾਦੀਆ ਹਲੀਮਾ ਤੇਰੀ ਕੱਖਾਂ ਦੀ ਕੁੱਲੀ ਵਿੱਚੋਂ ਨੂਰ ਦੀਆਂ ਛਵਾਵਾਂ ਉੱਠਦੀਆਂ ਨੇ ਕਿਹੜੀ ਚੀਜ਼ ਹੈ ਤੇਰੀ ਕੱਖਾਂ ਦੀ ਕੁੱਲੀ ਵਿੱਚ ਤੇ ਆਸਕਾਰ ਸਾਦੀਆ ਹਲੀਮਾ ਫਰਮਾਉਂਦੀਆਂ ਨੇ ਐਸੀ ਤੇ ਕੋਈ ਚੀਜ਼ ਨਹੀਂ ਆ ਇੱਕ ਜ਼ਰੂਰ ਦਾਈਆਂ ਨੇ ਪੁੱਛਿਆ ਉਹ ਕਿਹੜੀ ਆਖਿਆ ਨੀ ਮੈਂ ਉਹ ਸੋਹਣਾ ਨਬੀ ਲੈ ਕੇ ਆਈ ਹਾਂ ਜਿਹਨੂੰ ਤੁਸੀਂ ਯਕੀਨ ਸਮਝ ਕੇ ਛੱਡ ਆਇਆ ਸਭ ਇਹ ਸਾਰੀਆਂ ਸ਼ਾਨਾਂ ਬਰਕਤਾਂ ਉਸੇ ਦੁਰੇ ਯਤੀਮ ਦੀਆਂ ਨੇ ਦਾਈਆਂ ਕਹਿਣ ਲੱਗੀਆਂ ਸਾਦੀਆ ਹਲੀਮਾ ਸਾਨੂੰ ਵੀ ਆਤਾ ਦੋ ਜਹਾਂ ਦੇ ਵਾਲੀ ਦੀ ਜ਼ਿਆਰਤ ਕਰਾ ਦੋ ਸਾਦੀਆ ਹਲੀਮਾ ਫਰਮਾਉਂਦੀਆਂ ਨੇ ਜਾਓ ਚਲੀਆਂ ਜਾਓ ਕਿਉਂ ਜੇ ਮੇਰੇ ਨਬੀ ਦੀ ਦੀਦ ਦੀ ਚਾਹਤ ਹੁੰਦੀ ਤਾਂ ਮੇਰੇ ਸੋਹਣੇ ਨੂੰ ਛੱਡ ਕੇ ਨਾ ਆਉਂਦੀ
ਸਾਰੀਆਂ ਦਾਈਆਂ ਵਾਪਸ ਮੁੜ ਗਈਆਂ। ਇੱਕ ਦਾਈ ਦਰਵਾਜ਼ੇ ਤੇ ਬੈਠ ਗਈ ਤੇ ਸਾਡੀ ਹਲੀਮਾ ਨੇ ਉਹਨਾਂ ਨੂੰ ਪੁੱਛਿਆ, ਤੂੰ ਕਿਉਂ ਨਹੀਂ ਗਈ? ਉਹ ਦਾਈ ਕਹਿਣ ਲੱਗੀ, ਸਾਡੀ ਹਲੀਮਾ, ਮੈਂ ਤੇਰੀ ਦਲੀਜ਼ ਤੋਂ ਓਨੀ ਦੇਰ ਨਹੀਂ ਉੱਠਣਾ ਜਿੰਨੀ ਦੇਰ ਆਕਾ ਦੇ ਜਹਾਂ ਦੇ ਵਾਲੀ ਦਾ ਦੀਦਾਰ ਨਾ ਕਰ ਲਾਂ। ਸਾਡੀ ਹਲੀਮਾ ਨੇ ਸੋਚਿਆ, ਜ਼ਿੱਦ ਕਰ ਬੈਠੀ, ਦੀਵਾਨੀ ਹੋ ਗਈ, ਹੋਵੇ ਨਾ ਤੈਨੂੰ ਸਰਕਾਰ ਦੀ ਜ਼ਿਆਰਤ ਕਰਾ ਦਿੱਤੀ ਜਾਵੇ। ਸਾਡੀਆ ਹਲੀਮਾ ਨੇ ਬਿਸਮਿਲਾ ਕਰਕੇ ਤਾਜਦਾਰੇ ਮਦੀਨਾ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਨੂੰ ਆਪਣੀ ਗੋਦ ਵਿੱਚ ਉਠਾਇਆ, ਉਸ ਦਾਈ ਨੂੰ ਜ਼ਿਆਰਤ ਕਰਾਈ। ਆਖਿਆ, ਜਾ ਬੀਬੀ ਹੁਣ ਆਪਣਾ ਰਾਤ ਫੜ ਲੈ। ਤੇ ਦਾਈ ਕਹਿਣ ਲੱਗੀ, ਸਾਡੀਆ ਹਲੀਮਾ, ਅੱਗੇ ਹੋਰੇ ਮੈਂ ਟੁਰ ਜਾਂਦੀ, ਕਿਉਂ ਕਿ ਮੈਂ ਨਬੀ ਵੇਖਿਆ ਨਹੀਂ ਸੀ, ਬਿਨ ਵੇਖਿਆ ਸੋਹਣੇ ਤੇ ਆਸ਼ਿਕ ਸਨ ਤੇ ਇੰਨੀ ਜ਼ਿੱਦ ਕੀਤੀ, ਹੋਰੇ ਟੁਰ ਜਾਂਦੀ ਨੀ। ਹੁਣ ਮੈਂ ਨਬੀ ਵੇਖ ਬੈਠੀ ਆ, ਹੁਣ ਮੈਂ ਜਾਣ ਜੋਗੀ ਨਹੀਂ ਰਹੀ। ਸਾਡੀਆ ਹਲੀਮਾ, ਹੁਣ ਮੈਂ ਜਾਣ ਜੋਗੀ ਨਹੀਂ ਰਹੀ, ਜਿੰਨੀ ਦੇਰ ਸੋਹਣਾ ਤੇਰੀ ਚਾਰ ਚਵਾਰੀ ਅੰਦਰ, ਇੰਨੀ ਦੇਰ ਸੋਹਣੀਏ ਤੇਰੇ ਬੂਹੇ ਜੀਵਾਂਗੀ ਤੇ ਤੇਰੇ ਬੂਹੇ ਮਰਾਂਗੀ। ਤੇ ਸਾਡੀਆ ਹਲੀਮਾ ਨੇ ਪੁੱਛਿਆ, ਇੱਥੇ ਰਹਿ ਕੇ ਕੀ ਕਰੇਗੀ? ਕੱਖਾਂ ਦੀ ਖੁੱਲੀ ਹੈ, ਦੋ ਚਾਰ ਬੱਕਰੀਆਂ ਨੇ, ਤੇ ਤੂੰ ਇੱਥੇ ਰਹਿ ਕੇ ਕੀ ਕਰੇਗੀ? ਉਹ ਦਾਈ ਸਾਡੀਆ ਹਲੀਮਾ ਨਾਲ ਦੋ ਚਾਰ ਗੱਲਾਂ ਕਰਦੀ ਹੈ, ਦੱਸਦੀ ਹੈ, ਮੈਂ ਇੱਥੇ ਰਹਿ ਕੇ ਕੀ ਕਰਾਂਗੀ? ਕੀ ਆਖਦਾ ਆ